अस्सलाम वालेकुम दोस्तों, अज व्लॉग बनान लगे हाँ खाने का। तो रहा सारा भाई सारा मैंने फोन करके बुलाया करो, रहा साहब आओ तो भुआ बनाइए। वो असं बना लगे हाँ, बना के तो तुम खा लिया किस्सा बनाने। मैं हजे अंदर वड़िया कोई नहीं, तो मैंने कह लगा जा बोतल खा लिया भोग की, तो तू भी साफ पा बिच। चलो कोई ढंग शाही लैके आने, तो है मेरे कोल बैठा सारा भाई सारा। ਉਹ ਇਹਨਾਂ ਨੂੰ ਖੁਆ ਬਣਾ ਕੇ ਦੇਣ ਗਿਆ ਸਾਰਾ ਭਾਜੋ ਸਾਹਿਬ ਨੂੰ, ਅਤੇ ਕਿੱਸਾ ਬਣਦੇ ਨੇ ਅਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਅਗਲੇ ਨਾਲ ਵੀਡੀਓ 'ਚ ਕਿੱਸਾ। ਅਤੇ ਹੁਣ ਮੈਂ ਫਿਲਹਾਲ ਚਲਾ ਸਰਗ ਦੇ 2 ਮਿੰਟਾਂ 'ਚ ਆਇਆ ਲੈ ਕੇ ਬੋਤਲ। ਅਸੀਂ ਬੋਤਲ ਲੈਣ ਆਇਆ ਕੋਕ ਦੀ ਭਾਈ ਹੋਰਾਂ ਕੋਲ ਦੁਕਾਨ 'ਤੇ। ਆ ਵੇਖੋ ਦੋਸਤੋ, ਬੋਤਲ ਵੀ ਲੈਣ ਦੀ ਬਾਹਰੋਂ ਜਾ ਕੇ ਖੋਖੇ ਤੋਂ, ਅਤੇ ਆਹ ਸਾਰਾ ਬਾਜੋ ਸਾਹਿਬ ਦੀ ਫਰਿੱਜ ਰੱਖਣ ਲੱਗੇ ਅਸੀਂ। ਆਹ ਵੇਖੋ ਆਹ ਬਾਜੋ ਸਾਹਿਬ ਦੀ ਫਰਿੱਜ। ਆ ਵੇਖੋ ਬਾਜਾ ਸਾਹਿਬ ਕੰਮ ਵੇਖਿਆ ਜੀ, ਉਹਨਾਂ ਦਾ ਬੋਤਲ ਲੈ ਕੇ ਆ ਅਤੇ ਖੁਆਬ ਲੈ ਮੈਂ ਤਿਆਰ ਸ਼ਿਆਰ ਕਰਨਾ ਅਤੇ ਬੋਤਲ ਲੈ ਆਇਆ। ਬੋਤਲ ਲੈ ਕੇ ਆਇਆ ਅਤੇ ਮੈਨੂੰ ਆਉਂਦਾ ਖੁਆਬ ਤਾਂ ਆਇਆ ਕੋਈ ਨਹੀਂ, ਮੈਂ ਤਾਂ ਖਾ ਰਹੇ ਉਹ ਸਭ ਮੈਂ ਸੁਣਿਆ। ਵੇਖੋ ਬਾਕੀ ਨਹੀਂ ਵੇਖ ਲਓ ਬਾਜਾ ਸਾਹਿਬ ਕੰਮ ਫਰਿੱਜ ਚੈੱਕ ਕਰ ਲੈਂਦੇ ਹਾਂ। ਖਲੋੜੇ ਪੇਨ ਫਰਿੱਜ ਦੇ ਬਾਜਲ ਸਾਹਿਬ ਦੇ, ਅੱਜ ਇਹ ਚੱਲਣ ਖਲੋੜੇ ਕਿਹੜੇ। ਵੇਖੋ ਪੂਰੀ ਫਰਿੱਜ ਖਾਲੀ ਪਈ ਹੈ, ਵਿੱਚ ਹੈ 2 ਖਲੋੜੇ ਧਰੇ ਨੇ। ਵੇਖੋ ਬਾਜਲ ਸਾਹਿਬ ਨੇ ਕੋਲਾ ਧਰਿਆ ਵਿੱਚ। ਕੋਈ ਨਹੀਂ ਅਸੀਂ ਅੱਜ ਆਂਡੇ ਖਾਵਾਂਗੇ, ਜਾ ਆਖੋ ਆਂਡੇ ਪੇਨ ਵਿੱਚ ਤੇ ਇਹ ਜੈਮ ਪਿਆ ਵਾ, ਇਹ ਜੈਮ ਖਾਵਾਂਗੇ ਅੱਜ ਬ੍ਰੈਡ ਪੇਨ ਵਿੱਚ ਬਾਜਾ ਸਾਹਿਬ ਦੇ, ਇਹ ਕਰਾਂਗੇ ਅੱਜ ਅਸੀਂ। ਉਹ ਮੇਰਾ ਕਿਤਾ ਗਈ ਬਾਜਵਾ ਸਾਹਿਬ ਨੇ ਬੁੱਤ ਮੰਗਵਾ ਲਈਏ ਤੇ ਕੁਆਬ ਅੱਗੋਂ ਗੈਪ ਕੁਛ ਰੇਟ। ਚਲੋ ਬਹੁਤਾ ਪਿੰਨੇ ਸੀ ਰਾਜਾ ਵਿਲਾਗ ਬੋਤਲ ਦਾ ਵਿਲਾਗ ਕਰ। ਕਿੱਡਾ ਖੁਸ਼ ਹੈ, ਅਤੇ ਮੈਂ ਪਹਿਲੇ ਦੁਪਹਿਰੇ ਆਇਆ ਸੀ ਅਤੇ ਕੁਛ ਮਹਿਮਾਨ ਆ ਗਿਆ ਉਸ ਟਾਈਮ, ਅਤੇ ਅਸੀਂ ਬ੍ਰੇਕ ਲਾ ਦਿੱਤੀ ਅਤੇ ਮੈਂ ਹੁਣ ਆਇਆ ਘਰੋਂ ਹੋ ਕੇ, ਅਤੇ ਮੈਨੂੰ ਕਹਿੰਦਾ ਜਾ ਫਰਾਰ ਬੋਤਲ ਫੜ ਲਿਆ ਮੈਂ ਕੁਆਬ ਸਿੱਧੇ ਪਤਰੇ ਕਰਨਾ, ਅਤੇ ਅੱਗੇ ਆਇਆ ਅਤੇ ਫਰਿੱਜ ਖੋਲ੍ਹੀ ਦੇ ਵਿੱਚ ਕੁਆਬ ਕੋਈ ਨਹੀਂ ਆ। ਮੈਂ ਭੱਜ ਸਾਰਾ ਕੰਮ ਤੇ ਆਇਆ, ਹੁਣ ਅਸੀਂ ਬੋਤਲ ਪੀ ਲੈ ਗਏ ਅੱਜ। ਆ ਵੇਖ ਆਹ ਭੱਜ ਸਾਹਿਬ ਜੀ ਬੜਾ ਚਾਅ ਆਇਆ ਕੁਆਬ ਨਾਲ। ਮੈਨੂੰ ਤਾਂ ਬੜਾ ਸ਼ੌਕ ਚੜਿਆ, ਮੈਂ ਬਾਜਲ ਸਾਹਿਬ ਅੱਜ ਅਜਿਹਾ ਕੁਆ ਬਣਾਉਂਦੇ ਹਾਂ, ਫਰਿੱਜ ਖਾਲੀ ਪਈ ਹੈ, ਈਦ ਆਈ ਹੈ ਗੋਸ਼ਤ ਵੀ ਨਹੀਂ ਆ ਫਰਿੱਜ 'ਚ, ਸੋ ਗੋਸ਼ਤ ਵੰਡਣਾ ਚਾਹੀਦਾ, ਸਾਰੇ ਵੰਡ ਚੜਿਆ। ਹਾਂ ਸਾਰਾ ਵੰਡ ਚੜਿਆ ਗੋਸ਼ਤ ਨੇ, ਅਤੇ ਵਿੱਚ ਕੀ ਰੱਖਿਆ ਜੀ ਜੋ ਕਿ ਖਾਣਾ ਚਾਹੀਦਾ ਉਹ ਭਾਵੇਂ ਪਏ ਨੇ। ਹੁਣ ਮਜ਼ਾਕ ਕੀਤਾ ਜਾਂਦਾ ਪਏ ਅੰਦਰ, ਉਹ ਵੇਖੋ ਲੈਣ ਗਿਆ, ਉਹ ਵੇਖੋ ਲੈਣ ਗਿਆ ਕੁਆ ਆਵੇ। ਆਹ ਵੇਖੋ ਬਾਜੂ ਸਾਹਿਬ ਪਿੰਡੋਂ ਲਿਆ ਕੇ ਘੋਆ ਬਣਾ ਕੇ ਅਸੀਂ ਇਹਨਾਂ ਨੂੰ ਤਲਾਂਗੇ। ਬਾਜੂ ਸਾਹਿਬ ਕੀਮੇ ਵਾਲੇ ਨੇ ਕਿਹੜੇ ਨੇ? ਕੀਮੇ ਵਾਲੇ ਨੇ ਸਹੀ ਹੈਂ, ਆਂਡਾ ਲਿਆ ਕੇ ਆਂਡਾ ਲੈ ਕੇ ਆਓ। ਲਓ ਜੀ ਬਾਜੂ ਸਾਹਿਬ ਕੇ ਜਾਓ ਆਂਡਾ ਲੈ ਕੇ ਆਓ, ਅਸੀਂ ਆਂਡਾ ਲੈਣ ਚੱਲੇ ਹਾਂ। ਇੱਕ ਆਂਡਾ ਲਿਆਉਣਾ
ਇਹ ਮਤਲਬ ਬਾਜਾ ਸਾਹਿਬ ਫਰਿੱਜ 'ਚ ਕੋਈ ਸ਼ੈ ਨਹੀਂ ਰੱਖਦੇ ਸਾਡੀ ਵੀ ਉਹ ਡਰਦੇ ਹੈਂ ਹੁਣ ਅਸੀਂ ਤੁਹਾਡਾ ਕੰਮ ਹੁਣ ਇਹ ਮਤਲਬ ਅਸੀਂ ਤੁਹਾਨੂੰ ਨਾ ਕਮਰਾ ਤੁਹਾਡਾ ਫੁੱਲ ਹੀ ਕਰੀਏ ਆਹ ਵੇਖੋ ਘਿਓ ਭਾਰਤ ਹੈ ਤਸਲੇ ਦੇ ਵਿੱਚ ਬਾਜਾ ਸਾਹਿਬ ਮੇਰੀ ਬੋਤਲ ਕਿਹੜੀ ਜੀ ਇਹਨਾਂ 'ਚੋਂ ਹੈ ਜੀ ਅੱਛਾ ਜੀ ਅਗਲਾ ਅੱਛਾ ਇਹਦੇ ਕੁਆਬ ਡੁਬੋ ਕੇ ਸੁੱਟਣਾ ਉਹਦੇ ਵਿੱਚ ਘਿਓ 'ਚ ਘੋੜਾ ਕਿਉਂ ਕੁਆਬ ਤਾਂ ਰੰਗ ਗਿਆ ਸੀ ਜਿਹਨੇ ਕਿਸੇ ਨੇ ਰੱਖਣਾ ਰੱਖਿਓ ਕਿਤਾਬ ਪੁਰਾਣਾ ਤਸਲੀ ਹੁਣ ਕਿੰਨੇ ਮਹੀਨੇ ਹੋ ਗਏ ਮੇਘਾੜੇ ਬਾਜੋ ਸਾਹਿਬ ਕਿੰਨੇ ਖੁਸ਼ ਨੇ ਇਸੇ ਦੇ ਖੁਸ਼ੂਆ ਲਾਨੇ ਰੋ ਤੇਰੀ ਇਕੱਠੇ ਹੋ ਗਏ ਸੱਜਣ ਮੇਲੇ ਕੋਈ ਸ਼ਾਇਦ ਬਾਜੋ ਸਾਹਿਬ ਨਾਲ ਲੈ ਲਈਏ ਤੇ ਇਸ ਤਰ੍ਹਾਂ ਕੀ ਖਾਈ ਨਾ ਰੋਟੀ ਨਾ ਬ੍ਰੈਡ ਨਾਲ ਲੈ ਲੈਣ ਦੇ ਕੋਈ ਸ਼ਾਇਦ ਨਹੀਂ ਆ ਰੋਟੀ ਮੈਂ ਲੈ ਕੁਰਸੀ ਤਿਆਰ ਹੋ ਗਏ ਨੇ ਅਸੀਂ ਖਾ ਰਹੇ ਹਾਂ ਮੈਂ ਤੇ ਬਾਜੋ ਸਾਹਿਬ ਦਾ ਬਿਲਕੁਲ